ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਜਾ ਰਹੇ ਹਾਂ ਮਨੁੱਖਤਾ ਦੀ ਭਲਾਈ ਸੇਵਾ ਕੇਂਦਰ ਲੁਧਿਆਣਾ ਦੇ ਵਿੱਚ, ਤੇ ਅਸੀਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਕਿੰਨੀ ਭੀੜ, ਇੱਥੇ ਮੁਫਤ ਦਵਾਈਆਂ ਵੀ ਮਿਲਦੀਆਂ ਨੇ, ਜਿਹੜਾ ਬੰਦਾ ਦਵਾਈਆਂ ਨਹੀਂ ਲੈ ਸਕਦਾ ਮੁਫਤ ਦਵਾਈਆਂ ਵੀ ਮਿਲਦੀਆਂ ਨੇ। ਇਹਨਾਂ ਨੂੰ ਵੇਖ ਕੇ ਬਹੁਤ ਰੂਹ ਖੁਸ਼ ਹੋ ਗਈ। ਪਰ ਜਿਹੜਾ ਤੂੰ ਆ ਕੰਮ ਕੀਤਾ ਨਾ, ਬਹੁਤ ਵਧੀਆ ਕੀਤਾ, ਬਹੁਤ ਨਹੀਂ ਤਾਂ ਬਾਈ ਜੀ ਜਾ ਰਿਹਾ ਅੱਗੇ ਅੱਗੇ, ਤੇ ਅਸੀਂ ਇਹਨਾਂ ਨਾਲ ਜਾ ਰਹੇ ਹਾਂ ਅੰਦਰ ਆਫਿਸ ਦੇ ਵਿੱਚ ਸੇਵਾ ਕਰਨ ਵਾਸਤੇ। ਹਾਂ, ਇਹਨਾਂ ਦਾ ਆਫਿਸ ਆ ਵੀਰ ਜੀ ਉਹਨਾਂ ਦਾ, ਤੇ ਇੱਥੇ ਸਾਰਿਆਂ ਨਾਲ ਗੱਲਬਾਤ ਕਰ ਰਹੇ ਹਾਂ। ਹੁਣ ਅਸੀਂ ਜਾ ਰਹੇ ਹਾਂ ਅੰਦਰ, ਵੀਰੇ ਹੁਣੀ ਸਾਨੂੰ ਅੰਦਰ ਲੈ ਕੇ ਜਾ ਰਿਹਾ ਦਿਖਾਉਣ ਵਾਸਤੇ। ਕਦੀ ਸਭ ਤੋਂ ਵੱਡੀ ਸੇਵਾ, ਦਿਲ ਖੁਸ਼ ਹੋ ਗਿਆ ਇੱਥੇ ਆ ਕੇ। ਸਤਿ ਸ਼੍ਰੀ ਅਕਾਲ ਬਾਪੂ ਜੀ, ਠੀਕ ਹੋ? ਉੱਥੇ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ 2018 'ਚ ਇੱਥੇ ਸੰਪਰਕ ਆਏ। ਅਸੀਂ ਅੱਗੇ ਦੋ ਹਾਲਤ ਨੇ, ਇੱਕ ਇਹ ਹਾਲਤ ਨੇ, ਇੱਕ ਸਮਰਿਕ ਵੀ ਹੈ ਜੀ। ਉੱਥੇ ਸਾਡੇ ਕੋਲ 100 ਮੈਂਬਰ ਹੁੰਦੇ ਸੀਗੇ, ਇਹਨਾਂ ਹਾਲਾਂ ਦੇ ਵਿੱਚ ਆਪਣੇ ਕੋਲ 200-250 ਜਦੋਂ ਇੱਥੇ ਕਿਸੇ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਐਕਟਿਵ ਜ਼ਿਆਦਾ ਹੋ ਗਏ, ਫੇਸਬੁੱਕ ਹੋ ਗਿਆ, ਯੂਟਿਊਬ ਹੋ ਗਿਆ, ਹਾਂਜੀ ਜਦੋਂ ਐਕਟਿਵ ਹੋਏ ਤਾਂ ਇਹ ਹਾਲ ਸਾਡੇ ਕੁਛ ਕੁ ਮਹੀਨੇ ਦੇ ਵਿੱਚ ਹੀ ਭਰ ਕੇ ਦਿੰਦੇ ਹਾਲ ਸਟੇਸ਼ਨ ਵੀ ਸਾਡੇ ਕੋਲ ਇੰਨੇ ਆ ਗਏ। ਸੋਸ਼ਲ ਮੀਡੀਆ ਦੀ ਇੰਨੀ ਵੱਡੀ ਤਾਕਤ ਹੋਈ ਕਿ ਸਾਨੂੰ ਮੰਜੇ ਨੂੰ ਜਗ੍ਹਾ ਨਾ ਬਣੀ। ਅੱਜ ਪ੍ਰੈਜੈਂਟ ਸਾਡੇ ਕੋਲ 650 ਦੇ ਕਰੀਬ ਮੈਂਬਰ ਆ, ਆਪਾਂ 5000 ਪਲੱਸ ਬੰਦਾ ਰੈਸਕਿਊ ਕਰ ਚੁੱਕੇ ਹਾਂ, ਇਹਦੇ ਵਿੱਚੋਂ 711 ਮੈਂਬਰਾਂ ਦੀ ਡੈਥ ਹੋ ਚੁੱਕੀ ਆ। ਠੀਕ ਆ ਜੀ, 650 ਮੈਂਬਰ ਪ੍ਰੈਜੈਂਟ 'ਚ ਰਹਿ ਜਾਏਗਾ ਆਪਾਂ, ਬਾਕੀ 36-37 ਜਣ ਮੈਂਬਰ ਠੀਕ ਹੋ ਕੇ ਆਪਣੇ ਪਰਿਵਾਰਾਂ 'ਚ ਜਾ ਕੇ। ਠੀਕ ਆ ਜੀ, ਜਿਹੜਾ ਸਾਡਾ ਮੇਨ ਮੋਟਿਵ ਆ ਸੇਵਾ ਦਾ ਉਹ ਇਹ ਆ ਕਿ ਅਸੀਂ ਲਵਾਰਸ ਵਗੈਰਾ ਰੱਖਦੇ ਹਾਂ, ਲਵਾਰਸ ਸੜਕਾਂ ਵੀ ਜਿਹੜੀਆਂ ਬਹੁਤ ਬੁਰੀ ਫਿਰਦੀ ਆ, ਸਾਰਿਆਂ ਨੂੰ ਆਪਾਂ ਨਹੀਂ ਰੱਖ ਸਕਦੇ ਕਿਸੇ ਪਾਸੇ, ਅਸੀਂ ਲਵਾਰਸਾਂ ਨੂੰ ਲੈਕਿਨ ਜਿਹੜੇ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਹੁੰਦੇ ਜਿਹਨਾਂ ਨੂੰ ਮੈਡੀਕਲ ਸਹੂਲਤ ਦੀ ਲੋੜ, ਹਾਂਜੀ, ਅਸੀਂ ਉਹਨਾਂ 'ਤੇ ਲੈ ਕੇ ਉਹਨਾਂ ਦਾ ਮੈਡੀਕਲ ਇਲਾਜ ਕਰਦੇ ਹਾਂ। ਜਦੋਂ ਇਲਾਜ ਹੁੰਦਾ ਫਿਰ ਬਿਲਕੁਲ ਠੀਕ ਹੋ ਜਾਂਦਾ, ਉਹਨਾਂ ਦਾ ਪਰਿਵਾਰ ਲੱਭਦੇ ਹਾਂ, ਪਰਿਵਾਰ ਲੱਭ ਕੇ ਉਹਨਾਂ ਨੂੰ ਪਰਿਵਾਰਾਂ 'ਚ ਵਾਪਸ ਭੇਜਦੇ ਹਾਂ। ਆਪਣਾ ਇੱਥੇ ਕੋਈ ਕਿਸੇ ਨੂੰ ਰੱਖਣ ਦਾ ਮੋਟਿਵ ਨਹੀਂ ਹੈਗਾ, ਸਾਡੇ ਤੱਕ ਮੋਟਿਵ ਇਹ ਹੈ ਵੀ ਜਾਣਾ ਲੈ ਕੇ ਠੀਕ ਕਰਨਾ, ਠੀਕ ਕਰਕੇ ਵਾਪਸ ਪਰਿਵਾਰ ਆਪਣਾ ਸੇਵਾ ਦਾ ਮੋਟਿਵ ਹੈ। ਠੀਕ ਆ ਜੀ।
ਅਸੀਂ ਹੋਸਪਿਟਲ ਤੋਂ ਜਾ ਕੇ ਉੱਧਰ ਸਾਰੇ ਮਰੀਜ਼ਾਂ ਨੂੰ ਦੇਖ ਕੇ ਹੁਣ ਇੱਧਰ ਆਏ ਹਾਂ ਦੂਸਰੀ ਬਿਲਡਿੰਗ ਦੇ ਵਿੱਚ। ਗੁਰੂ ਘਰ ਹੈ ਜੀ, ਸਾਰਿਆਂ ਨੂੰ ਇੱਥੇ ਇੱਕ ਬਰਾਬਰ ਸਮਝਿਆ ਜਾਂਦਾ ਜੀ। ਹਾਂਜੀ ਲੇਕਿਨ ਸਟicker ਮਾ ਕੇ ਲਾ ਦੇਈਦਾ। ਠੀਕ ਹੈ ਜੀ, ਕੁੜਤੇ ਤੇ ਵੀ ਪਜਾਮੇ ਦੇ ਵੀ। ਹਾਂਜੀ ਠੀਕ ਹੈ ਜੀ, ਠੀਕ ਹੋ। ਇਹਦਾ ਕਾਰਨ ਤਾਂ ਇਹ ਹੈ ਛੋਟਾ ਜਿਹਾ, ਅਸੀਂ ਮੈਂਬਰਾਂ ਨੂੰ ਇਸ਼ਨਾਨ ਕਰਾਉਂਦੇ ਹਾਂ ਆਪ ਸਾਡੇ ਜਿਹੜੇ ਮੈਂਬਰ। ਹਾਂਜੀ ਫਿਰ ਉਹਨਾਂ ਦੇ ਕੱਪੜੇ ਬਦਲੇ ਜਾਣੇ ਆ, ਕੱਪੜੇ ਧੋਣੇ ਜਾਣੇ ਆ। ਹਾਂਜੀ ਸੋ ਕਿ ਤੁਸੀਂ ਦੇ ਕੋਟੇ ਲੋ ਜਾ। ਠੀਕ ਹੈ ਜੀ, ਸਾਡੇ ਸਾਰੇ ਜਿਹੜਾ ਕੱਚੇ ਨੇ। ਹਾਂਜੀ ਲੱਗੇ ਨੇ ਜਿਹੜੇ ਅਜੇ ਕੱਚੇ ਨੇ, ਜਿਹਨਾਂ ਦਾ ਸਾਨੂੰ ਪਤਾ ਵੀ ਅਜੇ ਰਹਿਣਾ ਕਿ ਨਹੀਂ ਰਹਿਣਾ ਚਾਹੀਦਾ ਕਰੇ, ਉਹਨਾਂ ਦੇ ਭਾਵੇਂ ਪੇਂਟਰਾਂ ਲਿਖ ਲਈਦਾ ਕੁੱਲ ਤੇ। ਠੀਕ ਹੈ ਜੀ, ਠੀਕ ਉਹਨਾਂ ਨੂੰ ਵੀ ਸਾਰੇ ਹੋਰ ਲੱਭ ਰਹੇ ਨੇ ਜਿਹੜਾ ਕਿਹਦਾ ਕੁੜਤਾ ਕਿਹਦਾ ਪਜਾਮਾ। ਠੀਕ ਹੈ ਜੀ, ਇਸ ਤਰੀਕੇ ਨਾਲ ਇੱਕ ਦੂਜੇ ਨਾਲ ਗੱਠ ਮਾਰ ਕੇ ਕੁੜਤੇ ਲੈਣ ਨੂੰ ਟੋਕਰੀਆਂ ਚ ਰੱਖਦੇ। ਠੀਕ ਹੈ ਜੀ, ਇੱਥੇ ਵੀ ਸਾਡੀ ਜਿਹੜੀ ਵੀਰ ਬਣਾਉਣ ਦੀ ਸੇਵਾ ਕਰਨੀ, ਉਹਨਾਂ ਨਾਲ ਨਾਲ ਕੱਟ ਕੱਟ ਕੇ ਪ੍ਰੈਸ ਕਰੀ। ਜਿਹੜੇ ਜਾਂ ਤਾਂ ਮੰਨ ਲਓ ਵੀ ਬਹੁਤ ਹੀ ਜ਼ਿਆਦਾ ਫਿਜ਼ੀਕਲ ਡਿਸੇਬਲ ਨੇ, ਜਾਂ ਮੰਨ ਲਓ ਮੈਂਟਲੀ ਅਫੈਕਟ ਨੇ, ਪਰ ਸਾਡਾ ਇੱਕ ਸਿਸਟਮ ਹੈ ਜੀ ਦੁਨੀਆ ਦਾ ਵੀ ਭਾਜੀ ਨੇ, ਉਹ ਕਹਿੰਦੇ ਵੀ ਚਾਹੇ ਆਪਾਂ ਨੂੰ 5 ਵਾਰੀ ਵੀ 6 ਵਾਰੀ ਵੀ ਕੱਪੜੇ ਚੇਂਜ ਕਰਨੇ ਪੈ ਜਾਣ, ਕੱਪੜੇ ਧੋ ਕੇ ਪ੍ਰੈਸ ਕਰਕੇ ਹੀ ਪਾਏ ਜਾਣਗੇ। ਦਵਾਈਆਂ ਵਾਸਤੇ ਆਫਿਸ ਬਣਾ ਰਹੇ ਆ। ਇਹ ਸੰਸਥਾ ਦੀ ਪਾਰਕਿੰਗ ਆ, ਤੇ ਅੱਗੇ ਜਾ ਕੇ ਸਾਰੀ ਸੰਸਥਾ ਵਾ ਜਿਹਦੇ ਵਿੱਚ ਲੰਗਰ ਹਾਲ, ਬੈਡਰੂਮਸ ਅਤੇ ਗੁਰਦੁਆਰਾ, ਗੁਰੂ ਘਰ ਸਾਹਿਬ, ਹੋਸਪਿਟਲ, ਸਾਰਾ ਕੁਛ ਆ। ਅਤੇ ਹੁਣ ਅਸੀਂ ਜਾ ਰਹੇ ਹਾਂ ਘਰ।